ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 26 ਜਨਵਰੀ ਨੂੰ ਦਿੱਲੀ ਵਿਖੇ ਕੀਤੀ ਜਾ ਰਹੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਇਸ ਪਰ ਵਿੱਚੋਂ ਲੱਖਾਂ ਲੋਕ ਲਗਾਤਾਰ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਦਿੱਲੀ ਵੱਲ ਕੂਚ ਕਰ ਰਹੇ ਹਨ ਅੱਜ ਦੁਆਬੇ ਦੇ ਮਸ਼ਹੂਰ ਨਗਰ ਰੜਕਾ ਕਲਾਂ ਤੋਂ ਵੀ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਵਿੱਚ ਕਿਸਾਨਾਂ ਦਾ ਇੱਕ ਜੱਥਾ ਦਿੱਲੀ ਪਰੇਡ ਵਿੱਚ ਭਾਗ ਲੈਣ ਲਈ ਰਵਾਨਾ ਹੋਇਆ ਇਸ ਮੌਕੇ ਬੋਲਦੇ ਆ ਆਗੂ ਸ਼ੇਖਮਰ ਤਿਵਾੜੀ ਅਤੇ ਸੰਤੋਖ ਸਿੰਘ ਬਲਗਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਇਹ ਅੰਦੋਲਨ ਹੁਣ ਇੱਕ ਜਨ ਅੰਦੋਲਨ ਬਣ ਚੁੱਕਾ ਹੈ ਅਤੇ ਇਸ ਦੀ ਸਫਲਤਾ ਯਕੀਨੀ ਹੈ ਕਿਉਂਕਿ ਲੋਕਾਂ ਦੇ ਰੋਹ ਅਗੇਤਾ ਨਾਲ ਸੇ ਸਰਕਾਰਾਂ ਨੂੰ ਹਮੇਸ਼ਾ ਝੁਕਣਾ ਹੀ ਪੈਂਦਾ ਹੈ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਇਸ ਸੰਘਰਸ਼ ਨੂੰ ਸ਼ੁਰੂ ਤੋਂ ਹੀ ਸ਼ਾਂਤਮਈ ਰੱਖਿਆ ਗਿਆ ਹੈ ਅਤੇ 26 ਦਾ ਟਰੈਕਟਰ ਮਾਰਚ ਵੀ ਪੂਰੀ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਸਫਲ ਹੋਵੇਗਾ ਇਸ ਮੌਕੇ ਤੇ ਆਗੂ ਵੱਲੋਂ ਟਰੈਕਟਰਾਂ ਵਿੱਚ ਤੇਲ ਪਵਾਉਣ ਦੀ ਸੇਵਾ ਕਰਨ ਵਾਲੇ ਐਨਆਰ ਦੇ ਵੀਰਾਂ ਅਤੇ ਦਾਨੀ ਪਰਿਵਾਰਾਂ ਦਾ ਵੀ ਧੰਨਵਾਦ ਕੀਤਾ ਗਿਆ ਅੱਜ ਅਸੀਂ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਪਿੰਡ ਰੋੜਕੇ ਤੋਂ ਜਥਾ ਦੌਰ ਲੱਗੇ ਆ ਟਰੈਕਟਰਾਂ ਦਾ ਅੱਜ ਸਾਨੂੰ ਇਹ ਬੜੇ ਮਾਣ ਵਾਲੀ ਗੱਲ ਆ ਜਦੋਂ ਅਸੀਂ ਕਿਤੇ ਗੱਲ ਕਰਦੇ ਆ ਬਈ ਜਮਹੂਰੀ ਕਿਸਾਨ ਸਭਾ ਸਾਡੀ ਉਹ ਜਥੇਬੰਦੀ ਆ ਜਿਹਦਾ ਸਾਡਾ ਵੱਡਾ ਆਗੂ ਉਥੇ 5 ਮੈਂਬਰੀ 7 ਮੈਂਬਰੀ ਕਮੇਟੀ 'ਚ ਸੈਂਟਰ ਸਰਕਾਰ ਨਾਲ ਗੱਲਬਾਤ ਕਰਨ ਜਾਂਦਾ ਉਥੇ ਕੁਲਵੰਤ ਸਿੰਘ ਸੰਧੂ ਉਥੇ ਰੋੜਕੇ ਵਾਲਿਆਂ ਨੂੰ ਇੱਕ ਹੋਰ ਮਾਣ ਦੀ ਗੱਲ ਆ ਬਈ ਰੋੜਕੇ ਦਾ ਉਹ ਆਗੂ ਜਿਹੜਾ ਇੱਥੇ ਜੰਮਿਆ ਪੜਿਆ ਅੱਜ ਸਾਰੇ ਦੁਨੀਆ ਦੇ ਵਿੱਚ ਹਿੰਦੁਸਤਾਨ ਭਾਈਚਾਰੇ ਦੇ ਵਿੱਚ ਉਹਦਾ ਨਾਂ ਆ ਤਾਂ ਉਹਦੇ ਕਰਕੇ ਜਿਹੜਾ ਪਿੰਡ ਰੜਕਾ ਉਹ ਵੀ ਅੱਜ ਦੁਨੀਆ ਦੇ ਨਕਸ਼ੇ ਤੇ ਆ ਗਿਆ ਅਸੀਂ ਅੱਜ ਜਿਹੜੇ ਜਾ ਰਹੇ ਹਾਂ ਉਥੇ 26 ਤਰੀਕ ਨੂੰ ਟਰੈਕਟਰ ਪਰੇਡ ਲਈ ਤੇ ਸਾਡਾ ਇੱਥੋਂ ਅਸੀਂ ਸ਼ੁਰੂਆਤ ਕੀਤੀ ਆ ਸਾਡਾ ਫਲੋਰ ਹੋਰ ਵੀ ਭਈ ਦੁਜਾਥਾ ਜਿਹੜਾ ਵੱਡਾ ਹੋਊਗਾ ਉੱਥੋਂ ਅਸੀਂ ਘੱਟੋ-ਘੱਟ ਨਹੀਂ ਤਾਂ ਅੱਧੇ ਪੌਣੇ ਘੰਟੇ ਤੇ ਉੱਥੇ ਪਹੁੰਚ ਜਾਣਾ ਉੱਥੋਂ ਅਸੀਂ ਜਾਣਾ ਮੈਂ ਇਹ ਇਸ ਮਤਲਬ ਜਿਹੜਾ ਕਲਵੰਨ ਸਿੰਘ ਸੰਧੂ ਜਿਹੜੀ ਭਾਰਤ ਸਰਕਾਰ ਦੀਆਂ ਵੀ ਅੱਖਾਂ ਦੇ ਵਿੱਚ ਰੜਕਿਆ ਤੁਸੀਂ ਸੁਣਿਆ ਹੋਣਾ ਪਿਛਲੇ ਸੋਸ਼ਲ ਮੀਡੀਆ ਤੇ ਉਸ ਪਿੰਡ ਦੀ ਧਾਰਤੀ ਨੂੰ ਸਲਾਮ ਕਰਦਾ ਤੇ ਪਿੰਡ ਵਾਸੀਆਂ ਨੂੰ ਮੈਂ ਇਸ ਗੱਲ ਦਾ ਵਧਾਈ ਵੀ ਦਿੰਦਾ ਵੀ ਅੱਜ ਸਾਰਾ ਕਲਵੰਨ ਸਿੰਘ ਸੰਧੂ ਕਰਕੇ ਸਾਡੀ ਜਮਹੂਰੀ ਕਿਸਾਨ ਸਭਾ ਤੇ ਸਾਰਾ ਜਿਹੜਾ ਪਿੰਡ ਰੜਕਿਆ ਉਹ ਦੁਨੀਆ ਦੇ ਨਕਸ਼ੇ ਤੇ ਆ ਧੰਨਵਾਦ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪਿੰਡ ਰੜਕਾ ਕਲਾਂ ਵਿੱਚੋਂ ਵੀ ਬਹੁਤ ਵੱਡੀ ਗਿਣਤੀ ਜਿਹੜੇ ਟਰੈਕਟਰ ਆ ਉਸ ਜਿਹੜਾ 26 ਜਨਵਰੀ ਨੂੰ ਟਰੈਕਟਰ ਦੀ ਪ੍ਰੇਡ ਹੋ ਰਹੀ ਹੈ ਟਰੈਕਟਰ ਦਾ ਮਾਰਚ ਕੀਤਾ ਜਾ ਰਿਹਾ ਹੈ ਦਿੱਲੀ ਦੇ ਵਿੱਚ ਉਹਨਾਂ ਦੇ ਵਿੱਚ ਰੁੜਕਾ ਕਲਾਂ ਤੋਂ ਵੀ ਬਹੁਤ ਵੱਡਾ ਜਮੂਰੀ ਕਿਸਾਨ ਸਭਾ ਦੀ ਅਗਵਾਈ 'ਚ ਜਥਾ ਜਾ ਰਿਹਾ ਐ ਚੰਗੀ ਗੱਲ ਇਹ ਹੈ ਵੀ ਸਰਕਾਰ ਨੇ ਪਹਿਲਾਂ ਦਿੱਲੀ ਪੁਲਿਸ ਤੇ ਸੜ ਦਿੱਤੀ ਸੁਪਰੀਮ ਕੋਰਟ ਨੇ ਵੀ ਦਿੱਲੀ ਪੁਲਿਸ ਕਰੇ ਦਾ ਹਸਾਬਤਾ ਵੀ ਜੋ ਵੀ ਅੰਦਰ ਹੋਣ ਦੇਣਾ ਕਿ ਨਹੀਂ ਆਉਣ ਦੇਣਾ ਕਾਫੀ ਪ੍ਰੈਸ਼ਰ ਸੀ ਪੁਲਿਸ ਦੇ ਉੱਤੇ ਵੀ ਚੰਗੀ ਗੱਲ ਇਹ ਹੈ ਅਸੀਂ ਸਮਝਦੇ ਹਾਂ ਵੇ ਜਿੱਥੇ ਅਸੀਂ ਸਮਝਦੇ ਆ ਵੀ ਇਹ ਸ਼ਾਂਤੀਪੂਰਵਕ ਸਾਰਾ ਉੱਥੇ ਦਾ ਜਿਹੜੀ 26 ਤਰੀਕ ਦੀ ਪ੍ਰੇਡ ਹੈ ਉਹ ਸ਼ਾਂਤੀਪੂਰਵਕ ਹੋਵੇ ਸ਼ਾਂਤੀਪੂਰਵਕ ਹੀ ਰਹਿ ਕੇ ਕੀਤੀ ਜਾਵੇ ਸਾਡਾ ਇੱਕੋ ਇੱਕ ਮਕਸਦ ਆ ਵੀ ਉੱਥੇ ਦਿੱਲੀ ਦੀ ਸਰਕਾਰ ਨੂੰ ਆਪਣੀ ਏਕਤਾ ਦਿਖਾ ਲਈ ਜਾਵੇ ਇਹ ਜਿਹੜੇ ਕਾਲੇ ਕਾਨੂੰਨ ਤੁਸੀਂ ਬਣਾਏ ਆ ਕਿਸਾਨਾਂ ਵਿਰੋਧੀ ਵੀ ਇਹਨਾਂ ਦਾ ਹੋਰ ਕੋਈ ਚਾਰਾ ਨਹੀਂ ਜਿੰਨਾ ਚਿਰ ਤੁਸੀਂ ਰੱਦ ਨਹੀਂ ਕਰਦੇ ਇਸ ਕਰਕੇ ਦਿੱਲੀ ਦੀ ਪੁਲਿਸ ਨੇ ਵੀ ਮੌਕੇ ਦੀ ਨਜਾਕਤ ਨੂੰ ਸਮਝਦੇ ਹੋਏ ਉਹ ਜਿਹੜੀ ਆ ਰੂਟ ਦੀ ਪਰਮਿਸ਼ਨ ਦੇ ਦਿੱਤੀ ਆ ਜਿਹੜਾ ਰੂਟ ਆਪਾਂ ਕਿਸਾਨ ਜਥੇਬੰਦੀ ਨੇ ਸੰਯੁਕਤ ਕਿਸਾਨ ਮੋਰਚੇ ਨੇ ਮੰਗਿਆ ਸੀ ਲਗਭਗ ਉਸੇ ਰੂਟ ਦੇ ਉੱਤੇ ਚੋਹਾਂ ਹੀ ਪੰਜਾਂ ਪੰਜਾਂ ਬਾਰਡਰਾਂ ਤੋਂ ਐਂਟਰੀ ਦਿੱਲੀ ਵਿੱਚ ਕਰਨੀ ਆ ਨਾਲ ਅਸੀਂ ਫੇਰ ਇੱਕ ਵਾਰੀ ਚੇਤਾਵਨੀ ਦਿੰਦੇ ਆ ਮੋਦੀ ਸਰਕਾਰ ਨੂੰ ਵੀ ਹੋਰ ਸਬਰ ਅਜੇ ਨਹੀਂ ਦੇਖਣਾ ਚਾਹੀਦਾ ਅਸੀਂ ਸ਼ਾਂਤੀਪੂਰਵਕ ਰਹਿ ਕੇ ਇਹ ਜਿਹੜਾ 26 ਤਰੀਕ ਦੀ ਪ੍ਰੇਡ ਵੀ ਕਰ ਰਹੇ ਆ ਪਿਛਲਾ ਸੰਘਰਸ਼ ਵੀ ਸ਼ਾਂਤੀਪੂਰਵਕ ਕੀਤਾ ਤੇ ਹੁਣ ਵਾਲਾ ਸੰਘਰਸ਼ ਵੀ ਜਿਹੜਾ ਇਹ ਮੋਰਚੇ ਨੂੰ ਅਸੀਂ ਚਲਾ ਰਹੇ ਆ ਜਤਨੇ ਸਾਡਾ ਵੀ ਇਹ ਸ਼ਾਂਤੀਪੂਰਵਕ ਹੀ ਮੋਰਚਾ ਚੱਲੇ ਤਾਂ ਕਿ ਜਿਹੜੇ ਹਿੰਦੁਸਤਾਨ ਦੇ ਭਾਰਤ ਦੇ ਲੋਕ ਆ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਉਹਨਾਂ ਨੂੰ ਕੋਈ ਕਸ਼ਟ ਨਾ ਹੋਵੇ ਦਿੱਲੀ ਵਿੱਚ ਵਸਦੇ ਲੋਕਾਂ ਨੂੰ ਵੀ ਕੋਈ ਕਸ਼ਟ ਨਾ ਹੋਵੇ ਇਸ ਕਰਕੇ ਅਸੀਂ ਸ਼ਾਂਤੀਪੂਰਵਕ ਇਸ ਮੋਰਚੇ ਨੂੰ ਚਲਾਉਣਾ ਚਾਹੁੰਦੇ ਆ ਸਰਕਾਰ بڑے ਹੱਥ ਕੰਡੇ ਵਰਤ ਰਹੀ ਹੈ ਕਈ ਵਾਰੀ ਜਿਹੜੇ ਉਹ ਤੱਤ ਆ ਜਿਹੜੇ ਬਾਦਮ ਨਹੀਂ ਫੜਾਉਣਾ ਚਾਹੁੰਦੇ ਆ ਇਸ ਮੋਰਚੇ ਨੂੰ ਡਾਇਵਰਟ ਕਰਨ ਲਈ ਅਸੀਂ ਉਹਨਾਂ ਨੂੰ ਵੀ ਸਰਕਾਰ ਦੇ ਵਿੱਚ ਤਾਬੀ ਨਿੰਦੇ ਵੀ ਇਦਾਂ ਦੀਆਂ ਕੋਝੀਆਂ ਜਿਹੜੀਆਂ ਹਰਕਤਾਂ ਆ ਉਹ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ ਕਿਸਾਨ ਆਪਣੀਆਂ ਮੰਗਾਂ ਤੇ ਆਪਣੀ ਰੋਟੀ ਰੋਜੀ ਲਈ ਆਪਣੀ ਕਿਸਾਨੀ ਲਈ ਆਪਣੀ ਖੇਤੀ ਲਈ ਆਪਣੀ ਜ਼ਮੀਨ ਨੂੰ ਬਚਾਉਣ ਲਈ ਜਿਹੜੀ ਲੜਾਈ ਲੜ ਰਹੇ ਆ ਤੇ ਇਹਦੇ ਵਿੱਚ ਸਾਡਾ ਵੀ ਤੇ ਕਿਸਾਨਾਂ ਦਾ ਵੀ ਆਮ ਜਨ ਅੰਦੋਲਨ ਜਿਹੜਾ ਇਹ ਬਣ ਚੁੱਕਾ ਉਹਦੀ ਮੰਗ ਆ ਵੀ ਇਹ ਜਿਹੜੇ ਤਿੰਨੇ ਕਾਲੇ ਕਾਨੂੰਨ ਆ ਉਹ ਰੱਦ ਕੀਤੇ ਜਾਣ ਤਾਂ ਕਿ ਜਿਹੜਾ ਕਿਸਾਨ ਆਪਣੀ ਜਿਹੜੀ ਰੋਟੀ ਰੋਜੀ ਆਪਣੀ ਉਪਜੀਵਕਾ ਆ ਉਹ ਚਾਜਰਕ ਮਾਸਕੇ ਤੇ ਜਿਹੜੇ ਆਮ ਲੋਕ ਆ ਜਿਨ੍ਹਾਂ ਤੇ ਐਸੈਂਸ਼ੀਅਲ ਕਮਿਊਨਿਟੀ ਜਿਹੜਾ ਲਾਗੂ ਹੁੰਦਾ ਕਾਨੂੰਨ ਜਿਹਦੇ ਨਾਲ ਵਸਤਾ ਦਾ ਸਟਾਕ ਜਿੰਨਾ ਮਰਜ਼ੀ ਕਰ ਸਕਦਾ ਉਹਨਾਂ ਲੋਕ ਉਪਭੋਗਤਾ ਨੂੰ ਕੀ ਮਹਿੰਗੀਆਂ ਚੀਜ਼ਾਂ ਮਿਲਣੀਆਂ ਆਉਣ ਵਾਲੇ ਸਮੇਂ ਚ ਕਿਉਂਕਿ ਸਰਮਾਇਅਦਾਰੀ ਜਮਾਤ ਉਹ ਸਟਾਕ ਕਰੂਗੀ ਸਟਾਕ ਕਰਕੇ ਮਹਿੰਗੇ ਭਾਅ ਤੇ ਚੀਜ਼ਾਂ ਵੇਚਣ ਦਾ ਜਨਨ ਕਰੂਗੀ ਜਿਹੜਾ ਅਸਰ ਆਮ ਲੋਕਾਂ ਤੇ ਪਊਗਾ ਅਸੀਂ ਚਾਹੁੰਦੇ ਆਂ ਵੀ ਜਿੱਥੇ ਉਹ ਤਿੰਨ ਗੁਣੇ ਕਾਲੇ ਕਾਨੂੰਨ ਕਿਸਾਨਾਂ ਦੇ ਵਿਰੋਧੀ ਆ ਉੱਥੇ ਆਮ ਲੋਕਾਂ ਦੇ ਵਿਰੋਧੀ ਆ ਕਈ ਕਿਸਾਨੀ ਵੀ ਆਪਣੀ ਚੰਗੀ ਤਰ੍ਹਾਂ ਜ਼ਿੰਦਗੀ ਬਿਸਕਸ ਗਏ ਤੇ ਆਮ ਲੋਕ ਵੀ ਇਹਨਾਂ ਕਾਨੂੰਨਾਂ ਜਿਹੜੇ ਕਾਲੇ ਕਾਨੂੰਨ ਆ ਉਹ ਇਸ ਅਸਰ ਤੋਂ ਬਚ ਸਕੇ ਇਹ ਹੀ ਅੱਜ ਜਿਹੜੇ ਰੜਕਾ ਕਲਾਂ ਤੋਂ ਵੱਡੀ ਗਿਣਤੀ ਚ ਟਰੈਕਟਰ ਜਿਹੜੇ 26 ਜਨਵਰੀ ਦੀ ਪਲੇਟ ਤੇ ਪਹੁੰਚ ਰਹੇ ਆ ਉਹਨਾਂ ਦਾ ਸੰਦੇਸ਼ ਵੀ ਇਹ ਹੀ ਆ ਸਾਡਾ ਫੈਸਲਾ ਵੀ ਸੰਯੁਕਤ ਕਿਸਾਨ ਜਿਹੜਾ ਮੋਰਚਾ ਉਹਦਾ ਜਥੇਬੰਦੀਆਂ ਦਾ ਇਹ ਹੀ ਆ ਵੀ ਇਹ ਸੰਘਰਸ਼ ਨੂੰ ਸ਼ਾਂਤੀਪੂਰਨ ਰੱਖਿਆ ਜਾਊਗਾ ਕੋਸ਼ਿਸ਼ ਕਰਾਂਗੇ ਜੇ ਸਰਕਾਰ ਕੋਈ ਇਦਾਂ ਦੀ ਕੋਈ ਚਾਲ ਨਾ ਚੱਲੇ ਇਹ ਸਾਹ ਸ਼ਾਂਤੀਪੂਰਵਕ ਸੰਘਰਸ਼ ਚਲਾ ਕੇ ਅਸੀਂ ਦਿੱਲੀ ਦੀ ਪਰੇਡ ਵਿੱਚ ਜਿਹੜਾ ਟਰੈਕਟਰ ਪਰੇਡ 26 ਜਨਵਰੀ ਨੂੰ ਹੋ ਰਹੀ ਆ ਉਹਦੇ ਸ਼ਾਮਲ ਹੋਵਾਂਗੇ ਟਰੈਕਟਰ ਦਿੱਲੀ ਵੱਲ روانਾ ਹੋ ਰਹੇ ਆ ਉਹਦੇ ਵਿੱਚ ਸਾਡੇ ਪਿੰਡ ਦੇ ਨੌਜਵਾਨ ਜਗਰੂਪ ਸਿੰਘ ਤੇ ਰਾਜਵੀਰ ਸਿੰਘ ਪੱਤੀ ਹੇਤਾ ਉਹਨਾਂ ਨਾਲ ਬਿੱਲਾ ਜੁਐਸਏ ਇਹ ਤਿੰਨੇ ਹੀ ਸਾਥੀਆਂ ਨੇ ਇਹ ਸਾਨੂੰ ਕਿਹਾ ਬਈ ਜਿੰਨੇ ਵੀ ਟਰੈਕਟਰ ਉੜਕਾ ਕਲਾਂ ਜਾਣਗੇ ਨਾ ਨਦੇ ਸਾਡੇ ਕੁਲਬੀਰ ਸਿੰਘ ਸੰਧੂ ਆ ਜਿਹੜੇ ਪਿੰਡ ਰੁੜਕਾ ਖਲਾਂ ਦੇ ਬੋਡੀ ਕਿਹਦੇ ਆ ਉਹਨਾਂ ਵੱਲੋਂ ਵੀ ਐਲਾਨ ਆ ਵੀ ਔਨ ਤੇ ਜਾਣ ਦਾ ਤੇਲ ਜਿਹੜਾ ਆ ਉਹ ਡੀਜ਼ਲ ਜਿਹੜਾ ਜਿੰਨਾ ਵੀ ਟਰੈਕਟਰ ਵਿੱਚ ਲੱਗੂਗਾ ਉਹ ਇਸ ਡੀਜ਼ਲ ਦੀ ਇਹ ਸਾਥੀ ਜਿਹੜੇ ਉਹ ਸੇਵਾ ਕਰ ਰਹੇ ਆ ਜਿੱਥੇ ਅਸੀਂ ਦਿੱਲੀ ਦੇ ਮੋਰਚੇ ਤੇ ਜਾ ਰਹੇ ਆ ਉੱਥੇ ਐਨਆਰਆਈ ਵੀਰਾਂ ਦਾ ਜਗਰੂਪ ਸਿੰਘ ਦਾ ਰਾਜਵੀਰ ਸਿੰਘ ਦਾ ਪੱਤੀ ਹੇਤਾ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਹਨੀ ਗੋਤਮ ਦੇ ਰਾਹੀਂ ਸਾਨੂੰ ਸੰਦੇਸ਼ ਭੇਜ ਕੇ ਇਨਾਂ ਦੀ ਡਿਊਟੀ ਲਈ ਆ ਵੀ ਇਹ ਸਾਰੇ ਟਰੈਕਟਰਾਂ 'ਚ ਤੇਲ ਡੀਜ਼ਲ ਦੀ ਸੇਵਾ ਜਿਹੜੀ ਆ ਉਹ ਜਗਰੂਪ ਤੇ ਰਾਜਵੀਰ ਹਣੀ ਕਰਨਗੇ ਤੇ ਨਾਲ ਦੀ ਨਾਲ ਸਾਥੀ ਕੁਲਵੀਰ ਸਿੰਘ ਸੰਧੂ ਜਿਹੜੇ ਬੋਡੀ ਕਹਿੰਦੇ ਆ ਉਹ ਵੀ ਤੇਲ ਦੀ ਸੇਵਾ ਕਰਨਗੇ ਸੋ ਅਸੀਂ ਆਸ ਕਰਦੇ ਆ ਵੀ ਜਿਹੜੇ ਕਿਸਾਨ ਜਿਹੜੇ ਟਰੈਕਟਰ ਲੈ ਕੇ ਯਾਰਾ ਸਾਡੇ ਸਾਥੀ ਆ ਉਹਨਾਂ ਦੇ ਟਰੈਕਟਰ ਦਾ ਜਣਾ ਹੀ ਆ ਉਹਨਾਂ ਨੂੰ ਕੋਈ ਤੇਲ ਦਾ ਬੋਝ ਨਾ ਸਹਿਣਾ ਪਵੇ ਇਸ ਕਰਕੇ ਇਹਨਾਂ ਸਾਥੀਆਂ ਦਾ ਫੇਰ ਇੱਕ ਵਾਰੀ ਬਹੁਤ ਬਹੁਤ ਜਮਹੂਰੀ ਕਿਸਾਨ ਸਵਾ ਪੰਜਾਬ ਦੇ ਰੁੜਕਾ ਕਲਾਂ ਯੂਨਿਟ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਐਨਆਰਆਈ ਵੀ ਤੇ ਇੱਥੇ ਰੁੜਕਾ ਕਲਾਂ ਦੇ ਨਿਵਾਸੀ ਇਹ ਜਿਹੜੀ ਸੇਵਾ ਕਰ ਰਹੇ ਆ ਦਾਨ ਦੇ ਰੂਪ ਚ ਅਸੀਂ ਉਹਨਾਂ ਦੇ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦੀ ਆ